ਮੀਂਹ ਦੇ ਕਾਰਨ ਜਿੱਥੇ ਮੰਡੀਆਂ ਵਿੱਚ ਪਈ ਫਸਲ ਖਰਾਬ ਹੋ ਗਈ ਹੈ ਤੇ ਉਧਰ ਖੇਤਾਂ ਵਿੱਚ ਖੜੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ। ਨਾਭਾ ਦੇ ਪਿੰਡ ਦੁਲੱਦੀ ਦੇ ਕਿਸਾਨ ਕਾਫੀ ਚਿੰਤਤ ਨੇ ਕਿਉਂਕਿ ਉਹਨਾਂ ਦੇ ਖੇਤਾਂ ਵਿੱਚ ਪਾਣੀ ਭਰ ਚੁੱਕਿਆ ਹੈ ਅਤੇ ਹੁਣ ਕਿਸਾਨਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਜਿੱਥੇ ਹੁਣ ਨਮੀ ਦੀ ਮਾਤਰਾ ਵਧੇਗੀ ਉੱਥੇ ਹੀ ਹੁਣ ਝੋਨੇ ਦੀ ਫਸਲ ਦਾ ਦਾਣਾ ਵੀ ਕਾਲਾ ਹੋ ਜਾਏਗਾ। ਕਿਸਾਨਾਂ ਨੇ ਸਰਕਾਰ ਤੋਂ ਹੁਣ ਮਦਦ ਦੀ ਗੁਹਾਰ ਲਗਾਈ ਹੈ। ਨੁਕਸਾਨ ਹੀ ਨੁਕਸਾਨ ਆ, ਹਰ ਵਕਤ ਇਹ ਕਿਹੜਾ ਵੀ ਬਾਣੀ ਵਾਂਗੂ ਹੈ ਵੀ ਅੰਦਰ ਪਈ ਆ ਫਸਲ ਵੀ ਇਹਨਾਂ ਦੀ ਰੁਪਈਏ ਬਣਨ ਵਾਲੇ ਤਾਂ ਰੱਬ ਦੀ ਸਿਰਤੀ ਆ, ਜੇ ਬਣਾਉਣਾ ਹੋਊਗਾ ਬਣਾਊਗਾ, ਨਹੀਂ ਬਣਦਾ ਤਾਂ ਦੀਦਾ ਨਹੀਂ ਹੈਗਾ। ਜਿਹੜੇ ਹਿਸਾਬ ਨਾਲ ਅੱਜ ਦੇ ਮੌਸਮ ਦਾ ਉਹ ਵੀ ਬਹੁਤ ਵਧੂਗਾ, ਨਵੀਂ ਵੀ ਬਹੁਤ ਵਧੂਗੀ। ਨਵੀਂ ਜਿੱਥੇ 17 ਤੇ ਕਹਿੰਦੇ ਨੇ ਵੀ 17 ਤੇ ਖਰੀਦ ਆ ਖਰਾਦ, 17 ਤੇ ਤਾਂ ਹੋਣੀ ਓ ਨਹੀਂ, ਜਿਹੜਾ ਜੇ ਆ 15 ਦਿਨ ਤਾਂ ਹੁੰਦੀ ਨਹੀਂ ਹੈਗੀ, 15 ਦਿਨ ਤੋਂ ਬਾਅਦ ਹੋ ਸਕਦੀ ਆ, ਹੋ ਜਾਵੇ ਪਰ ਉਦੋਂ ਜ਼ਿਆਦਾ ਊ ਠੰਡ ਫੜ ਜਾਣੀ ਆ, ਉਹਨੇ ਉਦੋਂ ਜ਼ਿਆਦਾ ਘਟਣੀ ਮਿੱਟੀ ਤਾਂ ਜੀ 5-7% ਗਈ ਹੈ ਜੀ। ਜਿਹੜੀ ਆਲੂ ਵਾਲੀ 30% ਆ ਜੀ, 35% ਖੜੀ ਆ, ਉਹਦਾ ਬਹੁਤ ਵੱਡਾ ਨੁਕਸਾਨ ਆ, ਆਲੂ ਵਾਲੀ ਦਾ ਬਹੁਤ ਵੱਡਾ ਨੁਕਸਾਨ ਆ। ਇਹ ਤਾਂ ਹਜੇ ਜਿਹੜੀ ਆਹ ਦੂਜੀ ਆਮ ਆਪਣੀ ਇਹ ਹਜੇ ਥੋੜ੍ਹੀ ਜਿਹੀ ਠੀਕ ਆ, ਇਹਦਾ ਮੰਨ ਕੇ 20% 25% ਨੁਕਸਾਨ, ਉਹਦਾ 40-45% ਨੁਕਸਾਨ ਆ। ਜਿਹੜੀ ਅੱਜ ਵੱਢੀ ਜਾਣੀ ਤੁਲ ਜਾਣੀ ਦੀ ਕੱਲ੍ਹ ਨੂੰ ਹੋ ਜਾਂਦੀ।